ਆ ਵੀਰੇ ਗੱਲ ਇਹ ਆ ਇਦਾਂ ਦੀ ਆ ਕਿ ਕਿੰਨੇ ਦਿਨ ਹੋ ਗਏ ਆਪਾਂ ਕੰਮ ਤੇ ਨਹੀਂ ਜਾਂਦੇ ਪਏ ਕੰਮ ਬੰਦ ਹੋਇਆ ਪਿਆ ਠੰਡ ਦੀ ਵਜ੍ਹਾ ਤੋਂ ਆਹੋ ਤੇਰੀ ਤੇ ਬੇਗਮ ਹੁਣ ਗਾਲਾਂ ਕੱਢਦੀ ਆ ਵੀ ਦੋਵੇਂ ਭਰਾ ਤੁਸੀਂ ਘਰ ਬੈਠੇ ਰਹਿੰਦੇ ਜੇ ਭਾਈ ਉਹ ਵੀ ਸੱਚੀ ਆ ਉਹ ਤੂੰ ਮੈਨੂੰ ਦੱਸ ਕਰੀਏ ਕੀ ਹੁਣ ਕੋਈ ਕੰਮ ਕਰਨਾ ਹੋਰ ਕੀ ਕਰਨਾ ਚਾਹੀਦਾ ਮੇਰੇ ਕੋਲ ਅੱਜ 200 ਰੁਪਿਆ ਖਲੋਤਾ ਸੀ ਜਿਹਦਾ ਮੈਂ ਚੀਨੀ ਲੈ ਕੇ ਦੇ ਦਿੱਤੀ ਉਹ ਭਾਈ ਅੱਛਾ ਮੇਰੇ ਤੋਂ ਹੋਰ ਪੈਸੇ ਨਹੀਂ ਹੈਗੇ ਅੱਜ ਤੂੰ ਵੇਖ ਤੇਰੇ ਕੋਲ ਹੈਗੇ ਫਿਰ ਮੇਰੇ ਜੇਬ ਤੇ ਪਿਛਲੇ ਹਫਤੇ ਦੀ ਰੇਤ ਫਿਰਨ ਰਹੀ ਹੈ ਅੱਜ ਤੇ ਗੱਡੀ ਪੈਟਰੋਲ ਦੇ ਪੈਸੇ ਨਹੀਂ ਹੈਗੇ ਕੀ ਕਰਾਂਗੇ ਕੰਮ ਤੇ ਜਾਣਾ ਵੀ ਹੈ ਕਿਸੇ ਪਾਸੇ ਨਹੀਂ ਚਲੋ ਅੱਲਾ ਖੈਰ ਕਰੇਗਾ ਯਾਰ ਹੁਣ ਮੈਂ ਤੇ ਕਹਿਣਾ ਉਹ ਨਹੀਂ ਨਿਜ਼ਾਮਦੀਨ ਆਹੋ ਉਹ ਕੱਲ ਮੈਨੂੰ ਕਹਿ ਗਿਆ ਸੀ ਕਿ ਵੀਰਾ ਤੁਸੀਂ ਆਓ ਕੰਮ ਵੇਖਾਓ ਤੇ ਮੈਂ ਤੇ ਕਹਿਣਾ ਹੁਣ ਨਾਸ਼ਤਾ ਕਰੀਏ ਤੇ ਨਿਕਲੀ ਆਪਾਂ ਦੋ ਯਾਰ ਪੈਸੇ ਦਿੰਦਾ ਹੈ ਨਹੀਂ ਉਹ ਐਵੇਂ ਲਾਰੇ ਲਾਈ ਰੱਖਦਾ ਵੀ ਟੁੱਟ ਪੈਣਿਆ ਕੀ ਹੋ ਗਿਆ ਤੁਸੀਂ ਬੈਠੇ ਹੋ ਵੀਰੇ ਨਕੰਮੇ ਰੋਟੀਆਂ ਤੋੜੀ ਜਾਂਦੇ ਜੇ ਕੋਈ ਕੰਮ ਦਾ ਪਤਾ ਵੀ ਹੈ ਘਰ ਕੋਈ ਸ਼ੈ ਨਹੀਂ ਹੈਗੀ ਕਰਦੇ ਆ ਕੰਮ ਕੀ ਹੋ ਗਿਆ ਤੂੰ ਤੇ ਪਿੱਛੇ ਹੀ ਪੈ ਜਾਂਦੀ ਐ ਚੁੜੇਲੇ ਹਾਂ ਮੈਂ ਪਿੱਛੇ ਪੈ ਜਾ ਓ ਭਾਬੀਏ ਤੂੰ ਤੇ ਖਿਆਲ ਕਰ ਲੈ ਕਿ ਕੰਮ ਦੀ ਗੱਲ ਹੀ ਅਸੀਂ ਕਰ ਰਹੇ ਸਾਂ ਹਾਂ ਮੇਰਾ ਭਰਾ ਤੂੰ ਤੇ ਆਪਣੇ ਭਰਾ ਦੇ ਨਾਲ ਹੀ ਰਲ ਜਾਂਦਾ ਪਤਾ ਨਹੀਂ ਕੀ ਤੁਹਾਨੂੰ ਇਹ ਵਿਹਲੇ ਬੈਠੇ ਹੋ 20 ਦਿਨ ਹੋ ਗਏ ਤੁਸੀਂ ਕੰਮ ਤੇ ਜਾਂਦੇ ਹੀ ਨਹੀਂ ਵਿਹਲੇ ਨਾ ਬਵੇ ਤਾਂ ਹੋਰ ਟੱਕਰਾ ਮਾਰ ਲਈਏ ਮੈਂ ਤੇ ਕਹਿੰਦੀ ਆ ਟੱਕਰਾ ਹੀ ਮਾਰ ਲਓ ਤੁਸੀਂ ਕੰਮ ਤੰਦਾ ਹੈ ਨਹੀਂ ਬੰਦਾ ਕਿੱਥੇ ਜਾਵੇ ਟੱਠੇ ਖੂਜ ਜਾਈਏ ਹੁਣ ਕਿਸੇ ਨਾ ਕਿਸੇ ਪਾਸੇ ਤੇ ਜਾਓ ਹੀ ਸਹੀ ਤੁਸੀਂ ਘਰ ਬੈਠੇ ਰੋਜ਼ੀ ਲੱਭਦੀ ਆ ਐ ਚਲੇ ਜਾਈਏ ਇਸ ਪਾਸੇ ਇੱਧਰ ਨਹੀਂ ਜਾਣਾ ਕੰਮ ਤੇ ਆਖੀ ਜਾਨੀ ਆ ਓ ਯਾਰ ਤੂੰ ਸਮਝਾ ਇਹਨੂੰ ਓ ਭਾਬੀਏ ਮੈਂ ਤੇ ਕਹਿਣਾ 2 ਮਿੰਟ ਹੌਸਲਾ ਕਰ ਸਾਨੂੰ ਨਾਸ਼ਤਾ ਕਰਾ ਅਸੀਂ ਜਾਂਦੇ ਆ ਕੰਮ ਤੇ ਕਿਉਂ ਹੈ ਨਹੀਂ ਕਿੱਥੋਂ ਕਰਾ ਆ ਠੰਡ ਦਾ ਹਾਲਾਤ ਵੇਖ ਇਹਨੂੰ ਜ਼ੁਕਾਮ ਹੋ ਗਿਆ ਵੇਖਿਆ ਹੀ ਮੈਂ ਬਿਮਾਰ ਹੋ ਗਿਆ ਕਿਉਂ ਹੈ ਨਹੀਂ ਮੈਂ ਤਾਂ ਨਾਸ਼ਤਾ ਕਿੱਥੋਂ ਕਰਾਵਾਂ ਹੁਣ ਤੁਸੀਂ ਇਦਾਂ ਕਰੋ ਜਾਓ ਮੈਂ ਤੇ ਕਹਿੰਦੀ ਆ ਕੰਮ ਤੇ ਨਾਸ਼ਤਾ ਬਾਅਦ ਚ ਕਰੋ ਲਓ ਜੀ ਸੁਣ ਲਓ ਇਹਦੀਆਂ ਗੱਲਾਂ ਸੁਣੋ ਹੁਣ ਰਾਜ਼ੀ ਆ ਤੂੰ ਆ ਮੈਨੂੰ ਦੋਵੇਂ ਰਲ ਕੇ ਛਿੱਤਰ ਮਾਰੋ ਮੈਂ ਤੇ ਕਹਿੰਦਾ ਤੁਸੀਂ ਦੋਵੇਂ ਮੀਆਂ ਬੀਬੀ ਮੈਨੂੰ ਮਾਰੋ ਆ ਬਾਬਾ ਸਲਾਹ ਦਿੱਤੀ ਨੇ ਹਾਂ ਮੈਂ ਤੇ ਇਦਾਂ ਕਹਿੰਨੀ ਆ ਹੁਣ ਤੁਹਾਡੇ ਵਾਸਤੇ ਮੈਂ ਚਾਹ ਵੀ ਲੈ ਕੇ ਉਹਦੀ ਬੇਸਬਰੀ ਟੁੱਟ ਪੈਣੀ ਮਰ ਜੋ ਕਿਤੇ ਕਮਾਈਆਂ ਕਰਦੇ ਨਹੀਂ ਕਿ ਵਿਲੇ ਸਾਰੀ ਜਾਰੀ ਬੈਠੇ ਨੇ ਸਬਰ ਕਰੋ ਲਿਆਉਣੀ ਆ ਉਹ ਪਰਜਾਈਏ ਨਾਸ਼ਤਾ ਨਾ ਕਰਾ ਚਾਹ ਦਾ ਘੁੱਟ ਪਿਆ ਗਾਲਾਂ ਨਾਲ ਹੀ ਪੇਟ ਭਰ ਦੇਣੀ ਏ ਮਰਚ ਨਾ ਲੈ ਕੇ ਆਉਣੀ ਸਬਰ ਕਰ ਜਿਹੜੀ ਕਿ ਤੂੰ ਇੱਜ਼ਤ ਕਰਨੀ ਨਾ ਮੇਰੀ ਤੇਰੀ ਕਬਰ 'ਚ ਕੀੜੇ ਪੈਣੇ ਆ ਹੁਣ ਜਾਣ ਦੇ ਨਾ ਦੱਸ ਦਿਆਂ ਓਏ ਲਾਲਾ ਮੈਂ ਤੇ ਕਹਿਣਾ ਕੋਈ ਹੋਰ ਹੀ ਲੈ ਓਏ ਸਾਨੂੰ ਐ ਮਸੇ ਮਿਲੀ ਐ ਹੋਰ ਕਿੱਥੋਂ ਲੈ ਆਵਾਂ ਐਡਾ ਮੈਂ ਸਲਮਾਨ ਖਾਨ ਇਹਦੇ ਕੋਲ ਮੇਰੀ ਜਾਨ ਅੱਡੀ ਨਹੀਂ ਉਹ ਕੱਢਦੀ ਰੋਜ਼ ਗਾਲਾਂ ਕੱਢਦੀ ਆ ਹੋਰ ਕੀ ਕਰਾਂ ਤੂੰ ਦੱਸ ਮੈਨੂੰ ਤੂੰ ਕੋਈ ਚੰਗੀ ਜੀ ਲੱਭ ਕੇ ਲਿਆਣਾ ਆਪਣੇ ਵਾਸਤੇ ਮੈਂ ਆਹੋ ਓ ਮੈਂ ਨਹੀਂ ਸੋਚਿਆ 20 ਸਾਲ ਵਿਆਹ ਕਰਾਉਣ ਵਾਸਤੇ ਤੂੰ 20 ਸਾਲ ਬਾਅਦ ਤੂੰ ਵੇ ਨਾਗ ਬਣ ਜਾਣਾ ਸੱਚੀ ਆ ਜੀ ਜਿਹੜਾ ਤੇਰਾ ਕਲਰ ਹੈ ਤੂੰ ਤਾਂ ਬਣਨਾ ਵੀ ਕਾਲਾ ਨਾਗ ਆ ਫੇਰ ਤੇ ਵਿਆਹ ਕਰਾਉਣਾ ਹੀ ਨਹੀਂ ਆਪਾਂ ਭਾਈ ਨਾਗ ਬਣਾਂਗੇ ਜਾਨ ਛਡਾਵਾਂਗੇ ਬਸ ਠੀਕ ਆ ਕਮਾਣਾ ਤਾਂ ਨਹੀਂ ਪੈਣਾ ਨਾ ਓ ਲਿਆ ਵੀ ਹੁਣ ਚਾ ਆ ਨਹੀਂ ਪਈਆਂ ਮਰ ਚਲੇ ਜੇ ਹਲੋ ਤੂੰ ਸੁਣ ਵੈਸੇ ਤੁਹਾਡਾ ਮੂੰਹ ਤੇ ਨਹੀਂ ਤਾਂ ਚਾਹ ਪੀਣ ਵਾਲਾ ਚਪੇੜਾ ਮਾਰਾਂ ਜੀ ਕਰਦਾ ਵੇਲਿਓ ਚੱਲ ਛੱਡ ਵੀ ਦੇ ਐਲਫੀ ਲਾਈ ਆ ਤੇਰੇ ਨਾਲ ਜ਼ਿਆਦੀ ਆ ਗਈ ਆ ਆਹ ਏਡੀ ਚੰਗੀ ਤੇਰੀ ਬੇਗਮ ਜ਼ਿਆਦੀ ਦੇਣ ਵਾਲੀ ਇਹ ਦਿਓਰ ਨੂੰ ਜ਼ਿਆਦਾ ਭਰ ਭਰ ਕੇ ਕੱਪ ਦੇਣੀ ਹੈ ਮੈਨੂੰ ਐਦਾਂ ਦੇਣਾ ਸੀ ਦੇ ਵਾਸਤੇ ਚ ਕੋਈ ਨਹੀਂ ਤੇ ਇਹ ਵੀ ਤੈਨੂੰ ਦੇ ਦਿੰਦੀ ਹੁਣ ਤੂੰ ਪੀਣਾ ਹੈ ਕਿ ਨਹੀਂ ਓਏ ਚਾਹ ਪੀਤੀ ਹੂੰ ਕਿ ਪਾਣੀ ਇੰਨੀ ਠੰਡੀ ਚਾਹ ਅੰਨੀ ਦੀ ਬੱਜੀ ਓਏ ਮੈਂ ਅੱਜ ਦਾ ਫੇਰ ਖੋਲ ਲੈਣਾ ਪੂਰਾ ਭਰਾ ਬਹਿ ਜਾ ਇੱਥੇ ਤੂੰ ਤੇ ਟੱਪਿਆ ਵੀ ਇੱਥੇ ਦਾ ਚਾਹ ਠੰਡੀ ਤੇ ਫੇਰ ਵੀ ਗਰਮ ਹੋ ਗਿਆ ਤੇ ਤੂੰ ਫੇਰ ਵੀ ਗਰਮ ਹੋ ਗਿਆ ਤੂੰ ਸਾਨੂੰ ਡੰਗਰ ਸਮਝਿਆ ਠੰਡੀ ਚਾਹ ਬਸ ਕੱਪ ਨੂੰ ਫੜਾ ਤੇ ਜਾਵੇ ਨਹੀਂ ਤੇ ਹੋਰ ਗਾਲਾਂ ਕੱਢੇਗੀ ਫੇਰ ਫੜਾ ਵੀ ਦੇ ਕੱਪ ਤੂੰ ਵੀ ਫੜਾਵੇ ਟੁੱਟ ਪੈਣੇ ਆ ਅੱਛਾ ਉਹ ਵੀਰਾ ਤੇ ਮੈਂ ਟੁੱਟ ਪੈਣਾ ਮੈਨੂੰ ਘਟੋ ਘਟ ਵੀਰ ਦੇ ਤੈਨੂੰ ਵੀਰਾ ਸੱਤੇ ਚਲ ਆ ਗਾ ਦਫਾਓ ਓ ਬੈ ਤੇ ਸਹੀ 2 ਮਿੰਟ ਕੰਮ ਤੇ ਨਹੀਂ ਜਾਣਾ ਚੱਲਨੇ ਆ ਯਾਰ ਹੁਣ ਉਹ ਸਿਗਰਟ ਪੀ ਕੇ ਫਿਰ ਚੱਲਨੇ ਤੂੰ ਬੈ ਇੱਥੇ ਤੇਰੇ ਸਹੀ ਮਰ ਜਾਣ ਰੋਜ਼ ਓ ਕੀ ਸ਼ੈ ਓ ਮੈਂ ਸਮਝਿਆ ਕੁੱਤਾ ਆ ਗਿਆ ਤਾਂ ਬੰਦਾ ਓਏ ਹੈ
ਕੱਖ ਵੀ ਨਹੀਂ ਆ ਵੀਰੇ ਮੈਂ ਤੈਨੂੰ ਦੇ ਦੇਣਾ ਸਾਡੇ ਪਿੱਛ ਪੁਲਿਸ ਲੱਗੀ ਆਈ ਐ ਕੱਖ ਖਬਰਦਾਰ ਸਾਡੇ ਤੇ ਸਾਨੂੰ ਕੀ ਅੱਖੀ ਅੱਖੀ ਜਲ ਰਿਹਾ ਬੰਬ ਵਾਲੀ ਜੈਕਟ ਪਾ ਲਾ ਹੁਣ ਕੀ ਐ ਬੰਬ ਵਾਲੀ ਜੈਕਟ ਨਹੀਂ ਐ ਕੀ ਐ ਪਤਾ ਮਾਰੇ ਕਿਉਂ ਮਾਰੀ ਜਾਂਦੇ ਜੀ ਯਾਰ ਖਬਰਦਾਰ ਅਗਰ ਤੂੰ ਸਾ ਰੋਲਾ ਪਾਇਆ ਜਾਂ ਫੋਨ ਕੀਤਾ ਕਹਿ ਕੋ ਤਾਂ ਸਾ ਬਟਨ ਦਬਾ ਦੇਸੂ ਜਾ ਕੇ ਨਾਲ ਬੰਬ ਵਜਾਏ ਆਰਾਮ ਨਾਲ ਬੈ ਮੈਨੂੰ ਟਾਈ ਹਾਏ ਲੋ ਤੁਸੀਂ ਕੌਣ ਦੇ ਖਸਮਾਂ ਨੂੰ ਖਾ ਰਹੇ ਹੋ ਤੁਸੀਂ ਕੌਣ ਜੀ ਓਏ ਬੈ ਜਾ ਅੱਲਾ ਦਾ ਵਾਸਤਾ ਜੀ ਬੈ ਜਾ ਤਾ ਮਾਰੋ ਇਹ ਮੇਰੇ ਸਿਰ ਓਏ ਘਰ ਦੀ ਮਾਈਆਂ ਨੂੰ ਤਾਂ ਕੋ ਚੁੱਪ ਇਹਨੂੰ ਬੁਹਾਰ ਚੁੱਪ ਬੈ ਜਾ ਓਏ ਤੇਰੇ ਨਾਲ ਬੰਕ ਹੈ ਓਏ ਯਾਰ ਵੇ ਕੋਣ ਅਬੇ ਇੱਕ ਮਿੰਟ ਯਾਰ ਇਹ ਖਾਸ ਫੇਰ ਜੋ ਚੁੱਪ ਕੀ ਚਾਹੁੰਦੇ ਜੇ ਦੱਸ ਤੇ ਦਿਓ ਕਬੂਆ ਪੁਲਿਸ ਨੂੰ ਫੋਨ ਕੀਤਾ ਕਮਾਏ ਬਟਨ ਦਬਾ ਦੇ ਸਰ ਮੋੜ ਦਾ ਓਏ ਨਹੀਂ ਬੰਬ ਫਾਟ ਗਏ ਸੀ ਸਾਰੇ ਮਾਰ ਗਏ ਸਰ ਅੱਜ ਦੀ ਰਾਤ ਅਸਾਂ ਇੱਥੇ ਆਏ ਸਵੇਰੇ ਅਸਾਂ ਚੱਲੇ ਗਏ ਸੂ ਚਲੋ ਚਲੋ ਠੀਕ ਨਹੀਂ ਪਰ ਅੱਜ ਰਾਤ ਚੱਕਰ ਕਰ ਰਹੇ ਹਨ ਨਹੀਂ ਪਰ ਆਹ ਕੋਰਟ ਤੇ ਕਿਸੇ ਚਾਹੀ ਦੇ ਬੰਦੇ ਨੇ ਫੋਨ ਦਾ ਇਹ ਕੋਆ ਹਾਂ ਮੇਰੀ ਜਾਨ ਛੁੱਟੇ ਕਿਸੇ ਓਏ ਮੈਂ ਰੋਟੀ ਚਾਹ ਰੋਟੀ ਖਾਣੀ ਹੈ ਕੋਈ ਨਹੀਂ ਤੂੰ ਭੁੱਖਾ ਆਇਆ ਸੀ ਪਿੱਛੋਂ ਕਿਤੋਂ ਹੱਥ ਮਾਰੀ ਗਿਆ ਅਸੀ ਆਪਨੇ ਰੋਟੀ ਖਾਈ ਤੈਨੂੰ ਕਿਤੋਂ ਖਵਾ ਦਈਏ ਚੂਚੇ ਆ ਜਿਆ ਹਾਂ ਨਿਕਲ ਕੇ ਰੱਖ ਖੜਾ ਹੈ ਆ ਕੀ ਮੈਨੂੰ ਖਵਾ ਦਿੱਤਾ ਜੇ ਓਏ ਉਹਨਾਂ ਨੇ ਤੁਸੀਂ चलाक थोड़े तू ज्यादा है बटन दबाव ਬਾਜੀ ਲੈ ਕਿੱਧਰ ਜਾਨੀ ਆ ਚੱਲ ਫਿਰ ਰਿਮੋਟ ਗੁੰਮ ਹੋ ਗਿਆ ਅੱਗ ਫੁਰਿਆ
बम कितने आए? बम नहीं आएगा जाकर देखा है। हाँ,